ਅੰਮ੍ਰਿਤਸਰ ਦੇ ਪੁਲਿਸ ਕਮਿਸ਼ਨਰ ਗੁਰਪ੍ਰੀਤ ਸਿੰਘ ਭੁੱਲਰ ਮੌਕੇ ਤੇ ਪਹੁੰਚੇ ਨੇ, ਘਟਨਾ ਦਾ ਜਾਇਜ਼ਾ ਲੈਣਗੇ, ਉਸ ਤੋਂ ਬਾਅਦ ਪੱਤਰਕਾਰਾਂ ਨਾਲ ਇਸ ਘਟਨਾ ਦੇ ਬਾਰੇ ਵਿਸਤਾਰ ਨਾਲ ਗੱਲਬਾਤ ਕਰਨਗੇ। ਤੁਸੀਂ ਤਸਵੀਰਾਂ ਦੇਖ ਸਕਦੇ ਹੋ, ਗੁਰਪ੍ਰੀਤ ਸਿੰਘ ਭੁੱਲਰ ਆਪਣੇ ਕਾਫਲੇ ਦੇ ਨਾਲ ਪਹੁੰਚ ਚੁੱਕੇ ਨੇ। ਸੋ ਗੁਰਪ੍ਰੀਤ ਸਿੰਘ ਭੁੱਲਰ ਤਸਵੀਰਾਂ 'ਚ ਦੇਖ ਸਕਦੇ ਹੋ ਤੁਸੀਂ, ਮੌਕੇ ਤੇ ਪਹੁੰਚ ਰਹੇ ਨੇ। ਪੰਜਾਬ 'ਚੋਂ ਗੈਂਗਸਟਰਵਾਦ ਦਾ ਸਫਾਇਆ ਕਰਨ ਲਈ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਨੇ ਐਂਟੀ ਗੈਂਗਸਟਰ ਟਾਸਕ ਫੋਰਸ ਦਾ ਗਠਨ ਕੀਤਾ। ਹਮਨੇ ਆਤੇ ਹੀ ਐਂਟੀ ਗੈਂਗਸਟਰ ਟਾਸਕ ਫੋਰਸ ਬਣਾਈ। ਮੈਂ ਆਪਣੀ ਫੋਰਸ ਕੋ ਬਧਾਈ ਦੇਤਾ ਹੂੰ ਕਿ ਉਹਨਾਂ ਨੇ ਆਪਣੀ ਜਾਨ ਜੋਖਮ ਮੇਂ ਡਾਲ ਕਰ ਪਤਾ ਨਹੀਂ ਕਿਤਨੇ ਘਰੋਂ ਕੇ ਚੂਲੋਂ ਕੀ ਆਗ ਜੋ ਬੁਝਨੇ ਵਾਲੀ ਥੀ ਉਸਕੋ ਬਚਾ ਲਿਆ। ਮੈਂ 3.25 ਕਰੋੜ ਲੋਕੋਂ ਕੀ ਸੁਰੱਖਿਆ ਕੀ ਗਾਰੰਟੀ ਲੇਤਾ ਹੂੰ, ਮੇਰਾ ਕੰਮ ਹੈ, ਕਿਉਂਕਿ ਮੁਝੇ ਇਤਨਾ ਪਿਆਰ ਦਿਆ ਆਪਣੇ, ਇਤਨਾ ਪਿਆਰ ਦਿਆ, ਅਬ ਜ਼ਿੰਮੇਦਾਰੀ ਮੇਰੀ ਹੈ, ਆਪਨੇ ਆਪਣਾ ਫਰਜ਼ ਨਿਭਾ ਦਿਆ, ਅਬ ਫਰਜ਼ ਨਿਭਾਉਣੇ ਕੀ ਬਾਰੀ ਮੇਰੀ ਹੈ। ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀਆਂ ਹਦਾਇਤਾਂ ਤੇ AGTF ਨੇ ਸਖਤੀ ਦਿਖਾਉਂਦਿਆਂ ਹੁਣ ਤੱਕ ਪੰਜਾਬ ਅੰਦਰ ਅਪਰਾਧਿਕ ਮਾਮਲਿਆਂ ਨੂੰ ਲੈ ਕੇ 1100 ਤੋਂ ਵੱਧ ਗ੍ਰਿਫਤਾਰੀਆਂ ਕੀਤੀਆਂ, ਜਦਕਿ 1165 ਨਜਾਇਜ਼ ਹਥਿਆਰ ਅਤੇ ਅਪਰਾਧ ਲਈ ਵਰਤੇ 270 ਵਾਹਨ ਬਰਾਮਦ ਕੀਤੇ ਨੇ। ਪੰਜਾਬ ਸਰਕਾਰ ਦਾ ਮੁੱਖ ਮਕਸਦ ਅਪਰਾਧ ਤੇ ਰੋਕ ਲਗਾ ਕੇ ਸੂਬੇ ਦੇ ਲੋਕਾਂ ਨੂੰ ਇੱਕ ਸੁਖਾਵਾਂ ਮਾਹੌਲ ਪ੍ਰਦਾਨ ਕਰਨਾ। ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਜੋ ਕਿਹਾ ਉਹ ਕਰ ਦਿਖਾਇਆ, ਪੰਜਾਬ 'ਚੋਂ ਹੋ ਰਿਹਾ ਅਪਰਾਧ ਦਾ ਸਫਾਇਆ। ਵਿਸਤਾਰ ਨਾਲ ਜਾਣਕਾਰੀ ਦੇਣਗੇ ਕਿ ਇਸ ਘਟਨਾ ਦੇ ਵਿੱਚ ਜਿਹੜੇ ਇਨਕਾਊਂਟਰ ਹੋਇਆ ਹੈ, ਕੀ ਉਹਦੇ 'ਚ ਕਿੰਨੇ ਬੰਦੇ ਸੀਗੇ, ਕਿੰਨੇ ਜ਼ਖਮੀ ਹੋਏ ਨੇ, ਇਸ ਬਾਰੇ ਪਤਾ ਚੱਲੇਗਾ। ਸੋ ਗੁਰਪ੍ਰੀਤ ਸਿੰਘ ਭੁੱਲਰ ਜਿਹੜੇ ਪੁਲਿਸ ਕਮਿਸ਼ਨਰ ਨੇ, ਗੱਲ ਵੀ ਕਰਨੀ ਉਹਨਾਂ ਦੇ ਨਾਲ। ਯਾਰ ਸਾਡੇ ਸਿਵਲ ਲਾਈਨ ਪੁਲਿਸ ਸਟੇਸ਼ਨ ਤੇ ਮਜੀਠਾ ਰੋਡ ਪੁਲਿਸ ਸਟੇਸ਼ਨ 'ਚ ਈ ਰਿਕਸ਼ਾ ਦੇ ਵਿੱਚ ਫੀਮੇਲ ਵਿਕਟਿਮਸ ਤੋਂ ਪਰਸ ਖੋਏ ਗਏ ਸੀਗੇ। ਜਿਹੜਾ ਸਿਵਲ ਲਾਈਨ ਦਾ ਕੇਸ ਸੀ ਉਹ ਭੰਡਾਰੀ ਪੁਲ ਚੜ ਰਹੇ ਸੀ ਹਾਲ ਬਾਜ਼ਾਰ ਵੱਲੋਂ, ਉੱਥੇ ਪਰਸ ਸਨੈਚਿੰਗ ਹੋਈ, ਉਹ ਇੰਗਲੈਂਡ ਦੀ ਫੈਮਿਲੀ ਸੀ, ਮਦਰ ਐਂਡ ਡਾਟਰ। ਤੇ ਦੂਸਰਾ ਜਿਹੜਾ ਮਜੀਠਾ ਰੋਡ ਦਾ ਕੇਸ ਸੀ ਉਹਦੇ ਵਿੱਚ ਮੌਰੀਸ਼ਸ ਦੇ ਫੀਮੇਲ ਵਿਕਟਿਮ ਸੀਗੇ, ਉਹਨਾਂ ਦਾ ਪਰਸ ਖੋਇਆ ਗਿਆ, ਜਿਹਦੇ ਵਿੱਚ ਉਹਨਾਂ ਦੇ ਪਾਸਪੋਰਟ ਔਰ ਕੁਛ ID ਕਾਰਡ, ਫੋਨ ਔਰ ਜਿਹੜੇ ਫੋਰਨ ਕਰੰਸੀ ਤੇ ਇੰਡੀਅਨ ਕਰੰਸੀ ਸੀ ਤੇ ਹੋਰ ਡਾਕੂਮੈਂਟ ਸੀਗੇ। ਉਹ ਜਿਹੜੀ ਸਿਵਲ ਲਾਈਨ ਦੀ ਵਾਰਦਾਤ ਉਹ 'ਚ ਇੱਕੋ ਸਿੰਗਲ ਸਨੈਚਰ ਸੀਗਾ, ਔਰ ਜਦੋਂ ਰਜਿਸਟਰ ਕਰ ਰਹੀ ਸੀ ਉਹਨਾਂ ਦੀ ਡਾਟਰ ਦੇ ਥੋੜ੍ਹੀ ਸੱਟ ਵੀ ਲੱਗੀ ਸੀ, ਤਾਂ ਐਕਟਿੰਗ ਸਵਿਫਟਲੀ ਬਹੁਤ ਤੇਜ਼ੀ ਨਾਲ ਕਾਰਵਾਈ ਕੀਤੀ ਸਾਡੇ ACP ਮਨਿੰਦਰ ਸਿੰਘ ਦੀ ਸੁਪਰਵਿਜ਼ਨ ਦੇ ਵਿੱਚ, ਸਾਡੇ SHO ਸਿਵਲ ਲਾਈਨ ਗੁਰਪ੍ਰੀਤ, ਰਣਜੀਤ SHO ਮਜੀਠਾ ਰੋਡ ਤੇ ਇੰਸਪੈਕਟਰ ਮੋਲਕ ਦੀਪ ਦੀਆਂ ਟੀਮਾਂ ਲੱਗੀਆਂ, ਔਰ ਅਸੀਂ ਇਹਨੂੰ ਬੰਦੇ ਨੂੰ ਜਿਹੜਾ ਕੇਸ ਦੋਨੋਂ ਟਰੇਸ ਕੀਤੇ, ਬੜਾ ਹਾਰਡਨ ਕ੍ਰਿਮੀਨਲ ਹੈ, ਸੂਰਜ ਇਲੀਅਸ ਮਾਂਡੀ, ਪਿੰਡੀ ਸਾਹਿਬਾ ਤਹਿਸੀਲ ਅਜਨਾਲਾ ਡਿਸਟ੍ਰਿਕਟ ਅੰਮ੍ਰਿਤਸਰ ਰੂਰਲ ਦਾ ਰਹਿਣ ਵਾਲਾ, ਪਹਿਲਾਂ ਵੀ 2 ਮੁਕੱਦਮੇ ਦਰਜ ਹੈ ਇਹਦੇ ਤੇ, ਇਹ ਕਾਫੀ ਨੋਟੋਰੀਅਸ ਕਰੈਕਟਰ ਹੈ। ਇਹਨੂੰ ਫੜ ਕੇ ਜਦੋਂ ਇਹਦੀ ਪੁੱਛਗਿੱਛ ਦੇ ਵਿੱਚ ਬਦਾਮਦਗੀ ਵਾਸਤੇ ਇੱਧਰ ਲੈ ਕੇ ਆਏ ਸੀ ਸਦਰ ਦੇ ਏਰੀਏ 'ਚ, ਇਹਨੇ ਇੱਕ ਸਾਡੇ ਮੁਲਾਜ਼ਮ ਦੀ ਜਿਹੜੀ ਅਸੋਲਟ ਖੋ ਕੇ ਖੋਣ ਦੀ ਕੋਸ਼ਿਸ਼ ਕੀਤੀ, ਔਰ ਜਿਹੜਾ IO ਜਸਕਰਨ ਸਿੰਘ ਇਸ ਕੇਸ ਦਾ ਸਿਵਲ ਲਾਈਨ ਦਾ ASI, ਉਹਨੇ ਬੜੀ ਮੁਸਤੈਦੀ ਨਾਲ ਆਪਣੇ ਸਰਵਿਸ ਰਿਵਾਲਵਰ ਨਾਲ ਇਹਨੂੰ ਨਿਊਟਰਲਾਈਜ਼ ਕੀਤਾ, ਔਰ ਜਦੋਂ ਗੋਲੀ ਨੀਚੇ ਚੱਲੀ ਤਾਂ ਇਹਦੇ ਪੈਰ ਦੇ ਵਿੱਚ ਲੱਗੀ। ਸੋ ਇਹਦੇ 'ਚ ਸਾਰੀਆਂ ਬਰਾਮਦਗੀਆਂ ਟੋਟਲ ਕੀਤੀਆਂ ਜਾ ਚੁੱਕੀਆਂ, ਔਰ
ਦੋਨੇ ਜਿਹੜੇ ਵਿਕਟਿਮਸ ਨੇ ਇੰਗਲੈਂਡ ਤੇ ਮੋਰੀਸ਼ੀਅਸ ਵਾਲੇ, ਉਹਨਾਂ ਨਾਲ ਅਸੀਂ ਟੱਚ ਆ, ਸਾਰਾ ਉਹਨਾਂ ਦਾ ਸਮਾਨ ਅਸੀਂ ਮੋੜਾਂਗੇ। ਔਰ ਇਹਦੇ ਨਾਲ ਜਿਹੜਾ ਇੱਕ ਮਜੀਠਾ ਰੋਡ ਦੀ ਵਾਰਦਾਤ ਚ ਗੁਰਕੀਰਤ ਨਾਮ ਦਾ ਲੜਕਾ ਫਿਕਰ ਹੋਇਆ, ਉਹ ਵੀ ਜਲਦੀ ਹੁਣ ਫੜਿਆ ਜਾਏ। ਸਰ ਇਹ ਬੇਸਿਕਲੀ ਵੈਸੇ ਇੱਕ ਟਾਰਗੇਟ ਹੋ ਗਿਆ ਕਿ ਮਲਨ ਕੋਈ ਇਨਫੋਰਮੇਸ਼ਨ ਸੀ? ਉਹ ਬੇਸਿਕਲੀ ਇਹਨੇ ਤਾਂ ਦੇਖਿਆ ਕਿ ਫੀਮੇਲ ਵਿਕਟਿਮਸ ਨੂੰ, ਔਰ ਉਹ ਵੀ ਈ ਰਿਕਸ਼ਾ ਦੇ ਵਿੱਚ, ਈਜ਼ੀ ਆ ਕਿ ਪਰਸ ਵਗੈਰਾ ਦੇ ਵਿੱਚੋਂ ਖੋਹ ਕੇ ਦੋ ਦਾ ਬੰਦਾ ਭਜਦਾ, ਜਦੋਂ ਨੂੰ ਬੰਦਾ ਰਿਐਕਟ ਕਰਦਾ ਈ ਰਿਕਸ਼ਾ ਚੋਂ ਬਾਹਰ ਨਿਕਲਦਾ, ਰੌਲਾ ਪਾਉਂਦਾ, ਉਨੀ ਦੇਰ ਨੂੰ ਹੀ ਹੋ ਜਾਂਦਾ। ਸਰ ਪਹਿਲੇ ਕਿੰਨੇ ਪਰਚੇ ਦਰਜ ਨੇ? ਦੋ ਮੁਕਦਮੇ ਦਰਜ ਆ ਜੀ ਇਹਦੇ ਤੇ। ਕਹਿੰਦੇ ਅੰਮ੍ਰਿਤਸਰ ਕਿਰਾਏ ਤੇ ਰਹਿ ਰਹੇ ਅਸੀਂ ਕਿਸੇ ਜਗ੍ਹਾ। ਹਾਂਜੀ, ਰਹਿਣ ਵਾਲਾ ਪਿੰਦੀ ਸਾਦਾਂ ਦਾ, ਉਹ ਅਸੀਂ ਇਹਨੂੰ ਅਰੈਸਟ ਕਰ ਲਿਆ ਜੀ। ਸਰ ਕਿੰਨੀ ਫਾਇਰਿੰਗ ਕਿੰਨੀ ਹੋਈ ਹੈ? ਇੱਕ ਫਾਇਰ ਹੋਇਆ 9mm ਪਿਸਟਲ, ਜਿਹੜਾ ਸਰਵਿਸ ਪਿਸਟਲ ਸੀ, ਜਸਕਰਨ ਸਿੰਘ ਆਈਓ ਪੀਐਸ ਸਿਵਲ ਲਾਈਨ ਏਐਸਆਈ ਹੈ। ਸਰ ਕੋ ਕੀਤੀ ਸੀ ਜੀ ਉਸੇ ਰਿਟੈਲੀਏਸ਼ਨ ਚ? ਮੈਂ ਤਾਂ ਉਹਨੂੰ ਸ਼ਾਬਾਸ਼ ਦਿੰਦਾ ਕਿ ਜਸਕਰਨ ਨੇ ਬੜਾ ਇਮੀਡੀਏਟ ਰਿਐਕਟ ਕੀਤਾ ਔਰ ਇਹਨੂੰ ਨਿਊਟਰਲਾਈਜ਼ ਕੀਤਾ। ਸਾਰਾ ਸਮਾਨ ਬਰਾਮਦ ਕਰ ਲਿਆ ਗਿਆ? ਸਾਰਾ ਸਮਾਨ ਤੇ ਕਰੰਸੀ ਜਿਹੜੀ ਬਰਾਮਦ ਹੋ ਚੁੱਕੀ। ਟੋਟਲ ਕਿੰਨਾ ਕੁ ਦੀ ਲੁੱਟ ਸੀਗੀ ਅੱਜ ਦੀ ਜਿਹੜੀ ਵੀ ਹੈਗੀ? ਦੇਖੋ ਜਿਹੜੇ ਟੋਟਲ ਆਪਾਂ ਦੇਖੀ ਪਰਸ ਦੇ ਵਿੱਚ, ਜਿਹੜੇ ਯੂਕੇ ਦਾ ਮਦਰ ਐਂਡ ਡਾਟਰ ਸੀਗੇ ਜੀ, ਉਹਨਾਂ ਦੇ ਪਾਸਪੋਰਟ ਸੀਗੇ, ICIC ਤੇ ATM ਕਾਰਡ ਸੀਗੇ, ਆਈਫੋਨ ਸੀ, ਇੱਕ ਬਰਕਲੇ ਬੈਂਕ ਦਾ ਇੰਗਲੈਂਡ ਦਾ ਕਾਰਡ ਸੀ, ਇੱਕ ਰੈਵੋਲੂਟ ਕਾਰਡ ਸੀਗਾ, ਉਹ ਇੰਗਲਿਸ਼ ਅਮੈਰੀਕਨ ਐਕਸਪ੍ਰੈਸ ਕਾਰਡ ਸੀ, ਉਹਨਾਂ ਦੀਆਂ ਐਨਕਾਂ ਸੀ, ਤੇ £300 ਤੇ ₹2000 ਇੰਡੀਅਨ ਸੀਗਾ। ਜਿਹੜੇ ਮੋਰੀਸ਼ੀਅਸ ਦੇ ਮੈਡਮ ਕੁਰੈਸ਼ੀ ਨੇ, ਉਹਨਾਂ ਦਾ ਵੀ ਸੈਮਸੰਗ ਫੋਨ ਸੀਗਾ ਤੇ ਨੈਸ਼ਨਲ ID ਸੀ ਤੇ ਕਰੰਸੀ ਨੋਟ ਸੀ €600 ਤੇ 20,000 ਇੰਡੀਅਨ ਕਰੰਸੀ। ਸਾਰੇ ਪੈਸੇ ਬਰਾਮਦ ਕਰ ਲਏ? ਤਕਰੀਬਨ ਸਾਰੇ ਕੰਪਲੀਟ ਹੋ ਗਏ। ਸਰ ਇੱਥੇ ਕੀ ਕਰਨ ਆਏ ਸੀ? ਇੱਥੇ ਮਤਲਬ ਬਰਾਮਦ ਇੱਥੇ ਇਹਨੇ ਸੁੱਟ ਦਿੱਤਾ ਸੀ ਜੀ ਪਰਸ ਇਹਨੇ ਜਾ ਕੇ। ਦੇਖੋ ਜਿਹੜੇ ਮੁਲਜ਼ਮ ਹੁੰਦੇ ਨੇ ਆਪਣਾ ਹੀ ਸਿਸਟਮ ਬਣਾਉਂਦੇ ਨੇ ਔਰ ਗੁੰਮਰਾਹ ਵੀ ਕਰਦੇ ਕਈ ਵਾਰੀ ਪੁਲਿਸ ਨੂੰ, ਸੋ ਉਸ ਕਰਕੇ ਅਸੀਂ ਰਿਕਵਰੀ ਵਾਸਤੇ ਇੱਥੇ ਆਏ ਸੀਗੇ। ਸਰ ਅਕਸਰ ਅਸੀਂ ਵੇਖੀਦਾ ਜਦੋਂ ਪੁਲਿਸ ਮੁਲਾਜ਼ਮ ਕਿਸੇ ਨੂੰ ਲੈ ਕੇ ਜਾਂਦੇ ਨੇ ਹੱਥ ਘੜੀ ਲੱਗੀ ਹੁੰਦੀ ਹੈ ਜੀ, ਕੀ ਇਹਨੂੰ ਹੱਥ ਘੜੀ ਨੂੰ ਲਾ ਕੇ ਲੈ ਗਏ ਸੀ? ਦੇਖੋ ਅਜੇ ਫੜ ਕੇ ਲਿਆਂਦਾ ਹੀ ਸੀਗਾ ਤੇ ਪੁਲਿਸ ਨੂੰ ਹੁੰਦਾ ਕਿ ਰਿਕਵਰੀ ਹੋ ਜੇ, ਤੋ ਮੈਂ ਇਹਨੂੰ ਆਪਾਂ ਜ਼ਿਆਦਾ ਡਿਟੇਲ ਚ ਨਹੀਂ ਜਾਣਾ ਚਾਹੁੰਦਾ ਮੈਂ, ਬਿਕੋਜ਼ ਇਟ ਇਜ਼ ਅ ਗੁੱਡ ਐਕਸ਼ਨ ਬਾਈ ਦੀ ਪੁਲਿਸ ਐਂਡ ਵੈਰੀ ਅਲਰਟ ਐਕਸ਼ਨ, ਅਸੀਂ ਉਹਨੂੰ ਰਿਵਾਰਡ ਵੀ ਕਰਾਂਗੇ। ਸਰ ਰਿਕਵਰੀ ਵੇਲੇ ਇੱਕ ਵੀਡੀਓ ਵੀ ਤਿਆਰ ਕੀਤੀ ਹੈ, ਇਹਦੀ ਪੁਲਿਸ ਵਾਲੇ ਨਾਲ ਕੀਤੀ ਹੋ ਸਕਦੀ ਹੈ? ਆਪਾਂ ਜੇ ਚੱਲ ਰਹੀ ਹੈ ਜੀ ਇਹਦੇ ਫੋਨ ਫ੍ਰੈਂਸ ਚਾਤਰ ਹੈ, ਤੁਸੀਂ ਸਾਨੂੰ ਦੱਸ ਰਹੇ ਹੋ ਟੈਕਨੀਕਲ ਅਨਾਲਿਸਿਸ ਸਾਰੇ ਇਹਦੇ ਫੋਨ ਵਗੈਰਾ ਦਾ ਹੋ ਰਿਹਾ, ਵੀਲ ਡੂ ਦੀ ਨੀਡਫੁਲ। ਬਿਲਕੁਲ, ਤੁਸੀਂ ਵੇਖ ਸਕਦੇ ਹੋ ਇਸ ਵੇਲੇ ਕਿ ਅੰਮ੍ਰਿਤਸਰ ਦੇ ਪੁਲਿਸ ਕਮਿਸ਼ਨਰ, ਸੋ ਅੰਮ੍ਰਿਤਸਰ ਦੇ ਪੁਲਿਸ ਕਮਿਸ਼ਨਰ ਗੁਰਪ੍ਰੀਤ ਸਿੰਘ ਭੁੱਲਰ ਨੇ ਸਾਰੀ ਜਾਣਕਾਰੀ ਦਿੱਤੀ ਹੈ ਕਿ ਦੋ NRI ਜਿਹੜੇ ਕਿ ਅੰਮ੍ਰਿਤਸਰ ਆਏ ਹੋਏ ਸਨ, ਉਹ ਇੱਥੇ ਘੁੰਮਣ ਲਈ ਆਏ ਸੀਗੇ, ਉਹਨਾਂ ਨੂੰ ਇਸ ਜਿਹੜਾ ਦੋਸ਼ੀ ਹੈ ਉਸ ਨੂੰ ਲੁੱਟਿਆ ਗਿਆ ਸੀਗਾ, ਉਹਨਾਂ ਦਾ ਸਮਾਨ ਜਿਹੜਾ ਪਾਸਪੋਰਟ, ਹੋਰ ਕਰੰਸੀ ਤੋਂ ਇਲਾਵਾ ਹੋਰ ਜਿਹੜਾ ਸਮਾਨ ਜ਼ਰੂਰੀ ਸਮਾਨ ਸੀਗਾ ਉਹ ਇਸ ਵੱਲੋਂ ਲੁੱਟ ਲਿਆ ਗਿਆ ਸੀਗਾ, ਪਰ ਪੁਲਿਸ ਨੇ ਮੌਕੇ 'ਤੇ ਬਹੁਤ ਜਲਦੀ ਹੀ ਕਾਰਵਾਈ ਕਰਦੇ ਹੋਏ ਇਸ ਨੂੰ ਗ੍ਰਿਫਤਾਰ ਕਰਕੇ ਔਰ ਜਿਹੜਾ ਸਮਾਨ ਸੀਗਾ ਉਹ ਦੇਖਣ ਲਈ ਕਿੱਥੇ ਪਿਆ ਹੋਇਆ ਹੈ ਉਸਨੂੰ ਰਿਕਵਰ ਕਰਨ ਲਈ ਪੁਲਿਸ ਉਸਨੂੰ ਜਿਹੜਾ ਦੋਸ਼ੀ ਸੀਗਾ ਉਹਨੂੰ ਇਸ ਮੌਕੇ 'ਤੇ ਲੈ ਕੇ ਆਈ ਸੀ, ਜਿੱਥੇ ਦੋਸ਼ੀ ਦੀ ਔਰ ਪੁਲਿਸ ਵਿਚਕਾਰ ਆਪਸੀ ਬਹਿਸਬਾਜ਼ੀ ਹੋ ਜਾਂਦੀ ਹੈ ਔਰ ਧੱਕਾ ਮੁੱਕੀ ਹੁੰਦੀ ਹੈ ਅਤੇ ਉਹਦਾ ਪੁਲਿਸ ਵਾਲੇ ਕੋਲੋਂ ਹੀ ਜਿਹੜੀ ਅਸੋਲਟ ਖੋਲੀ ਜਾਂਦੀ ਹੈ ਅਤੇ ਪੁਲਿਸ ਵਾਲਾ ਜਿਹੜਾ ਦੂਸਰਾ ਪੁਲਿਸ ਵਾਲਾ ਆਪਣੀ ਸਰਵਿਸ ਰਿਵਾਲਵਰ ਦੇ ਨਾਲ ਹੀ ਫਾਇਰ ਕਰਦਾ ਜੋ ਕਿ ਉਸ ਬੰਦੇ ਦੀ ਲੱਤ 'ਤੇ ਲੱਗਦਾ ਹੈ ਔਰ ਜ਼ਖਮੀ ਹੋ ਜਾਂਦਾ ਹੈ। ਸੋ ਇਹ ਘਟਨਾ ਹੈ, ਸਾਰੀ ਡਿਟੇਲ ਨਾਲ ਜਿਹੜੀ ਜਾਣਕਾਰੀ ਹੈ ਗੁਰਪ੍ਰੀਤ ਸਿੰਘ ਭੁੱਲਰ ਜਿਹੜੇ ਕਮਿਸ਼ਨਰ ਨੇ ਅੰਮ੍ਰਿਤਸਰ ਦੇ ਉਹਨਾਂ ਵੱਲੋਂ ਦਿੱਤੀ ਗਈ ਹੈ। ਮੈਂ ਇੱਥੇ ਤੁਹਾਨੂੰ ਕਲੀਅਰ ਕਰਨਾ ਚਾਹੁੰਦਾ ਹਾਂ ਕਿ ਇਹ ਬਾਈਪਾਸ ਦੇ ਜਗ੍ਹਾ ਹੈ ਜਿਸ ਜਗ੍ਹਾ ਦੇ ਉੱਤੇ ਇਹ ਇਨਕਾਊਂਟਰ ਕਿਹਾ ਜਾ ਰਿਹਾ ਸੀਗਾ, ਉਹ ਪੁਲਿਸ ਹੀ ਉਸਨੂੰ ਤਫਤੀਸ਼ ਲਈ, ਉਸ ਰਿਕਵਰੀ ਲਈ ਇੱਥੇ ਲੈ ਕੇ ਆਈ ਸੀਗੀ। ਜਿਹੜਾ ਦੋਸ਼ੀ ਸੀਗਾ ਉਸ ਵੱਲੋਂ ਦੋ ਵਿਦੇਸ਼ੀ ਮਹਿਮਾਨਾਂ ਨੂੰ
ਟਾਰਗੇਟ ਕੀਤਾ ਗਿਆ ਸੀ, ਉਹਨਾਂ ਕੋਲੋਂ ਲੁੱਟ ਕੀਤੀ ਗਈ ਸੀਗੀ ਜਦੋਂ ਉਹ ਆਪਣਾ ਕਿਤੇ ਜਾ ਰਹੇ ਸੀਗੇ। ਉਹਨਾਂ ਦੇ ਕੋਲੋਂ ਜਿਹੜਾ ਉਹਨਾਂ ਦਾ ਪਾਸਪੋਰਟ ਸੀਗਾ, ਜਿਹੜੀ ਕਰੰਸੀ ਸੀਗੀ, ਉਹ ਉਹਨਾਂ ਕੋਲੋਂ ਬਰਾਮਦ ਲੁੱਟੀ ਗਈ ਸੀਗੀ, ਔਰ ਲੁੱਟ ਕੇ ਜਿਹੜਾ ਸਮਾਨ ਹੈ ਉਹ ਇਸੇ ਜਗ੍ਹਾ ਦੇ ਉੱਤੇ ਸੁੱਟਿਆ ਗਿਆ ਸੀਗਾ। ਔਰ ਪੁਲਿਸ ਨੂੰ ਜਦੋਂ ਉਹਨੂੰ ਗ੍ਰਿਫਤਾਰ ਕੀਤਾ, ਉਸ ਕੋਲੋਂ ਪੁੱਛਗਿੱਛ ਕੀਤੀ ਹੈ, ਅਤੇ ਉਹਨਾਂ ਨੇ ਇਹ ਜਗ੍ਹਾ ਦੱਸੀ ਜਦੋਂ ਇੱਥੇ ਲੈ ਕੇ ਆਉਂਦਾ ਉਸ ਵੱਲੋਂ ਆਪਣੀ ਜਿਹੜਾ ਸਮਾਨ ਸੀਗਾ ਜਿਸ ਝਾੜੀਆਂ 'ਚ ਪਿਆ ਹੋਇਆ ਸੀਗਾ ਉੱਥੇ ਹੀ ਬਰਾਮਦ ਵੀ ਹੋਇਆ, ਮਗਰ ਮੌਕੇ ਦੇ ਉੱਤੇ ਹੀ ਜਦੋਂ ਪੁਲਿਸ ਕਰਮਚਾਰੀ ਔਰ ਦੋਸ਼ੀ ਦੇ ਵਿਚਕਾਰ ਕਿਸੇ ਗੱਲ ਨੂੰ ਲੈ ਕੇ ਬਹਿਸਬਾਜ਼ੀ ਹੋ ਜਾਂਦੀ ਹੈ, ਹੱਥੋਂ ਪਾਈ ਹੋ ਜਾਂਦੇ ਨੇ, ਔਰ ਇਸੇ ਦਾ ਫਾਇਦਾ ਉਠਾਉਣ ਦੀ ਕੋਸ਼ਿਸ਼ ਕੀਤੀ ਸੀ, ਕਿਉਂਕਿ ਉਹਨਾਂ ਨੇ ਸਰਵਿਸ ਵਾਇਲ ਜਿਹੜੀ ਅਸਾਲਟ ਸੀਗੀ ਉਹਨਾਂ ਦੇ ਕੋਲ ਪੁਲਿਸ ਵਾਲਿਆਂ ਕੋਲ, ਉਹ ਅਸਾਲਟ ਉਹਨਾਂ ਵੱਲੋਂ ਖੋਈ ਗਈ ਸੀਗੀ, ਪਰ ਉਹ ਦੂਸਰੇ ਪੁਲਿਸ ਮੁਲਾਜ਼ਮ ਨੇ ਜਿਹੜੀ ਸਰਵਿਸ ਰਿਵਾਲਵਰ ਸੀਗੀ ਉਹਦੇ ਨਾਲ ਫਾਇਰ ਕੀਤਾ ਜਿਹਦੇ ਨਾਲ ਉਹ ਜ਼ਖਮੀ ਹੋ ਗਿਆ। ਇਹ ਸਾਰੀ ਜਾਣਕਾਰੀ ਅੰਮ੍ਰਿਤਸਰ ਦੇ ਪੁਲਿਸ ਕਮਿਸ਼ਨਰ ਗੁਰਪ੍ਰੀਤ ਸਿੰਘ ਭੁੱਲਰ ਨੇ ਕਲੀਅਰ ਕੀਤਾ ਹੈ। ਕੈਮਰਾ ਪਰਸਨ ਨਿਤੇਸ਼ ਦੇ ਨਾਲ ਜੋਤੀ ਬਹਿਲ, ਦੈਨਿਕ ਸਵੇਰਾ ਟੀਵੀ, ਅੰਮ੍ਰਿਤਸਰ।